ਅੰਬਾਲਾ ਸੈਂਟਰਲ ਜੇਲ੍ਹ ਵਿੱਚ ਕੈਦ ਬਾਬਾ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੇ ਭਾਈ ਭਾਬੀ ਨੇ ਗੁਰੂਵਾਰ ਨੂੰ ਫਿਰ ਕਰੀਬ 20 ਮਿੰਟ ਤੱਕ ਉਸ ਨਾਲ ਮੁਲਾਕਾਤ ਕੀਤੀ। ਉਹ ਬ੍ਰਿਜ਼ਾ ਕਾਰ ਤੋਂ ਸੈਂਟਰਲ ਜੇਲ੍ਹ ਪਹੁੰਚੇ। ਇਸ ਦੌਰਾਨ ਉਹਨਾਂ ਨੇ ਹਨੀਪ੍ਰੀਤ ਨੂੰ ਕੁਝ ਸਮਾਨ ਵੀ ਦਿੱਤਾ। ਦਰਅਸਲ ਡੇਰਾ ਚੀਫ ਦੀ ਰਾਜਦਾਰ ਹਨੀਪ੍ਰੀਤ 'ਤੇ ਦੇਸ਼ ਦਰੋਹ ਦਾ ਕੇਸ ਦਰਜ ਹੈ। ਉਸ 'ਤੇ 25 ਅਗਸਤ ਨੂੰ ਪੰਚਕੂਲਾ ਵਿੱਚ ਦੰਗੇ ਭੜਕਾਉਣ ਦੇ ਆਰੋਪ ਹਨ। ਇਸੇ ਸੰਬੰਧ ਵਿੱਚ SIT ਨੇ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਸੀ। ਅੰਬਾਲਾ ਤੋਂ BS ਕੁਲਿਆਣੀ ਦੀ ਰਿਪੋਰਟ, ਚੈਨਲ 2।